ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਸਰਬਜੀਤ ਕੌਰ ਹੈ। ਮੈਂ ਤੀਸਰੀ ਬੀ ਕਲਾਸ ਵਿੱਚ ਜਮਾਤ ਵਿੱਚ ਪੜ੍ਹਦੀ ਹਾਂ। ਮੈਂ ਆਪ ਜੀ ਦੇ ਸਾਹਮਣੇ ਇੱਕ ਡਿਵਨਟੀ ਦੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ। ਉਸਦਾ ਨਾਮ ਹੈ ਕਲਯੁਗ ਦੇ ਵਿੱਚ ਸਤਿਗੁਰੂ ਨਾਨਕ। ਕਲਯੁਗ ਦੇ ਵਿੱਚ ਸਤਿਗੁਰੂ ਨਾਨਕ ਨਾਮ ਦੇ ਲੰਗਰ ਲਾਏ, ਹੱਕ ਹਲਾਲ ਦੀ ਰੋਟੀ ਖਾਵਣ ਭਾਈ ਲਾਲ ਲੋਕਰ ਗਏ। ਇੱਕ ਹੱਥ ਅੰਮ੍ਰਿਤ ਵਰਗੀ ਰੋਟੀ, ਇੱਕ ਹੱਥ ਲੁੱਚੀਆਂ ਪੂੜੇ, ਗੁਰੂ ਨਾਨਕ ਨੇ ਸਤਾਰਾ ਕਰਕੇ, ਕੌਣ ਸੱਚੇ ਕੌਣ ਝੂਠੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।